ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਹਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ ਛਾਤੀਆਂ ਫਾਟੀਆਂ ਸਨ, ਸਿਰ ਕਈਆਂ ਜਵਾਨਾਂ ਦੇ ਫਟੇ ਪਏ ਸਨ, ਤੜਪ ਤੜਪ ਕੇ ਦੇਮ ਦੇ ਜਾਨ ਕਈ, ਸਿਰ ਧੜਾਂ ਤੋਂ ਕਈਆਂ ਦੇ ਕਟੇ ਪਏ ਸਨ, ਸੂਹੇ ਸਾਗਰ ਦੀ ਉੱਪਰਲੀ ਸਤਾ ਉੱਤੇ ਮਾਨੋ ਲਾਸ਼ਿਆਂ ਤੇ ਲਾਸ਼ੇ ਅਟੇ ਪਏ ਸਨ। ਅੱਜ ਮੋਇਆਂ ਦੇ ਮੂੰਹੋਂ ਆਵਾਜ਼ ਆਵੇ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ ਜਾਂਦੀ ਵੇਰ ਦਾ ਆਏ ਪਿਲਾਏ ਪਾਣੀ, ਚੱਲਦੇ ਤੀਰ ਤੇ ਤੀਰਾਂ ਦੀ ਛਾਂ ਹੇਠਾਂ ਮਾਨੋ ਸ਼ਾਮ ਦੁਪਹਿਰ ਨੂੰ ਪਈ ਹੋਈ ਸੀ। ਇੱਕ ਤਾਂ ਜਾਨ ਪਏ ਦੇਮ ਦੇ ਤੀਰ ਖਾ ਕੇ, ਇੱਕ ਨਾ ਵੇਖ ਜਾਨੋ ਜਾਨ ਗਈ ਹੋਈ ਸੀ, ਇੱਕ ਨਾ ਖਾਏ ਕੇ ਕਸਮ ਨੂੰ ਤੋੜ ਦਿੱਤਾ, ਕਸਮ ਸਿੱਖ ਦੀ ਇੱਕ ਨਾ ਨੇ ਲਈ ਹੋਈ ਸੀ। ਇੱਥੇ ਸੋਚਣੇ ਦੀ ਵੇਲ ਕਿਸੇ ਨੂੰ ਨਾ, ਮਾਰੋ ਮਾਰ ਵਾਲੀ ਰੋਲੀ ਪਈ ਹੋਈ ਸੀ, ਮਸ਼ਕ ਮੋਢੇ ਤੇ ਸਿੱਖ ਦਸ਼ਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦਾ, ਤੜਪ ਤੜਪ ਕੇ ਜਿਨ੍ਹਾਂ ਦੀ ਜਾਨ ਜਾ ਰਹੀ, ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦਾ। ਕਿਸੇ ਆਖਿਆ ਜਾਏ ਦਸ਼ਮੇਸ਼ ਜੀ ਨੂੰ, ਸੱਚੇ ਪਾਤਸ਼ਾਹ ਜਰਾ ਖਿਆਲਿਆ ਜੇ, ਮੋਏ ਵੈਰੀਆਂ ਤਾਈ ਜੀਵਾਣ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ, ਵੇਖੋ ਉਹਨਾਂ ਨੂੰ ਫੇਰ ਉਠਾਈ ਜਾਂਦਾ, ਮਾਰ ਜਿਨ੍ਹਾਂ ਨੂੰ ਅਸਾਂ ਨੇ ਢਾ ਲਿਆ ਜੇ, ਲਿਆਵੇ ਵੈਰੀਆਂ ਤਾਈ ਫਿਰ ਹੋਸ਼ ਅੰਦਰ, ਇਹਨੇ ਆਪਣਾ ਹੋਸ਼ ਭੁਲਾ ਲਿਆ ਜੇ, ਗੁਰਾਂ ਕਿਹਾ ਕਨਈਆ ਜੀ ਗੱਲ ਕੀ ਏ, ਆਪਣਾ ਅਤੇ ਬੇਗਾਨਾ ਵੀ ਭੁੱਲ ਗਿਆ ਏ, ਲੱਗਾ ਕਹਿਣ ਅੱਗੋਂ ਤੇਰੀ ਸ਼ਰਨ ਆ ਕੇ, ਮੈਂ ਤੇ ਭੇਦ ਹਕੀਕਤ ਦਾ ਖੁੱਲ ਗਿਆ ਏ, ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ, ਤੈਥੋਂ ਬਾਹਰ ਕੋਈ ਨਜ਼ਰ ਆਇਆ ਹੀ ਨਹੀਂ, ਜਿੱਥੇ ਚੁਆ ਪਾਣੀ ਤੇਰਾ ਮੂੰਹ ਦਿੱਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਨੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਇੱਕ ਹੱਥ ਖੰਡਾ ਦੂਜੇ ਹੱਥ ਅੰਮ੍ਰਿਤ, ਕਿਸੇ ਹੋਰ ਨੇ ਇੰਨਾ ਪਿਲਾਇਆ ਹੀ ਨਹੀਂ। ਸੁਣ ਕੇ ਗੁਰੂ ਜੀ ਬੋਲੇ ਬਹਾਦਰੀ ਏ, ਇਸੇ ਅਮਲ ਦੇ ਨਾਲ ਸਮਝਾ ਦਿਆ ਕਰ, ਡੱਬੀ ਹੱਥ ਦੇ ਕੇ ਛਾਤੀ ਨਾਲ ਲਾਇਆ, ਕਿਹਾ ਪੱਟਾਂ ਤੇ ਮੱਲਣ ਵੀ ਲਾ ਦਿਆ ਕਰ।